ਚੱਕਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪ੍ਰਮੰਦਰ ਸਿੰਘ ਨੂੰ ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅਸੀਂ ਪਹੁੰਚ ਚੁੱਕੇ ਹਾਂ ਟੈਰੀ ਫੌਕਸ ਰਨ, ਜਿਹੜੀ ਕਿ ਕੈਲਗਰੀ ਦੇ ਵਿੱਚ ਆਯੋਜਿਤ ਕੀਤੀ ਗਈ ਹੈ। ਵੈਸੇ ਤਾਂ ਇਹ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਆਯੋਜਿਤ ਕੀਤੀ ਗਈ ਹੈ, ਪਰ
ਅੱਜ ਇੱਥੇ ਓਕਲੇਅਰ ਦੇ ਵਿੱਚ ਓਕਲੇਅਰ ਮਾਰਕੀਟ ਦੇ ਬਿਲਕੁਲ ਨਜ਼ਦੀਕ ਜਿਹੜਾ ਇਹ ਪ੍ਰਿੰਸਸ ਆਈਲੈਂਡ ਹੈਗੇ ਆ ਉੱਥੇ ਇਹ ਜਿਹੜੀ ਦੌੜ ਆ ਹੋਇਆ ਉਹਦਾ ਆਯੋਜਨ ਕੀਤਾ ਗਿਆ ਹੈ। ਇਹ 1 ਕਿਲੋਮੀਟਰ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੇ 3 ਜਿਹੜੇ ਅਲੱਗ ਅਲੱਗ ਸੀਗੇ ਰਾਊਂਡ ਬਣਾਏ ਹੋਏ ਉਹ ਲੋਕਾਂ ਵੱਲੋਂ ਦੌੜੇ ਗਏ ਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਦੌੜਾਕ ਜਿਹੜੇ ਆ ਉਹ ਫਿਨਿਸ਼ ਲਾਈਨ ਵੱਲ ਪਹੁੰਚ ਰਹੇ ਆ। ਸੋ ਬਹੁਤ ਲੋਕਾਂ ਵੱਲੋਂ ਉੱਥੇ ਭਰਮਾ ਹੁੰਗਾਰਾ ਮਿਲਿਆ। ਟੈਰੀ ਫੋਕਸ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕੈਂਸਰ ਗ੍ਰਸਤ ਇੱਕ ਨੌਜਵਾਨ ਸੀਗਾ ਜਿਸਨੇ ਕੈਂਸਰ ਹੋਣ ਤੋਂ ਬਾਵਜੂਦ ਵੀ ਇਹ ਦੌੜ ਜਿਹੜੀ ਆ ਆਲ ਓਵਰ ਕੈਨੇਡਾ ਨੇ ਰਨ ਕੀਤੀ ਸੀਗੀ ਇਹ ਦੌੜੇ ਸੀਗੇ ਔਰ ਉਸ ਉਹਨਾਂ ਦੀ ਬਾਅਦ ਵਿੱਚ ਕੈਂਸਰ ਦੀ ਵਜ੍ਹਾ ਕਰਕੇ ਮੌਤ ਹੋ ਗਈ ਸੀਗੀ। ਪਰ ਉਹਨਾਂ ਵੱਲੋਂ ਚਲਾਈ ਉਸ ਮੁਹਿੰਮ ਨੂੰ ਅਜੇ ਤੱਕ ਲੋਕਾਂ ਵੱਲੋਂ ਜ਼ਿੰਦਾ ਰੱਖਿਆ ਜਾ ਰਿਹਾ ਹੈ। ਇਕੱਲਾ ਕੈਨੇਡਾ ਦੇ ਵਿੱਚ ਹੀ ਨਹੀਂ ਪੂਰੇ ਦੁਨੀਆ ਦੇ ਵਿੱਚ ਇਹ ਜਿਹੜਾ ਟੈਰੀ ਫੋਕਸ ਦਾ ਨਾਮ ਕੈਂਸਰ ਦੇ ਲਈ ਫੰਡ ਰੇਜ਼ ਕਰਨ ਦੇ ਲਈ ਪੈਸੇ ਇਕੱਠੇ ਕਰਨ ਦੇ ਕੈਂਸਰ ਰਿਸਰਚ ਦੇ ਲਈ ਫੰਡ ਰੇਜ਼ ਕਰਨ ਦੇ ਲਈ ਜਿਹੜੇ ਆ ਉਹ ਲੋਕਾਂ ਵੱਲੋਂ ਭਾਰੀ ਯੋਗਦਾਨ ਜਿਹੜਾ ਦਿੱਤਾ ਜਾਂਦਾ ਔਰ ਇਸੇ ਤਰੀਕੇ ਨਾਲ ਨਾਲ ਦੀ ਨਾਲ ਜਿਹੜੀ ਸਿਹਤ ਹੈਗੀ ਆ ਉਹਦੇ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ। ਸੋ ਇੱਦਾਂ ਦੇ ਬਹੁਤ ਸਾਰੇ ਆਯੋਜਨ ਇੱਥੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਬਜ਼ੁਰਗਾਂ ਤੱਕ ਜਿਹੜੇ ਇੱਥੇ ਪਹੁੰਚੇ ਹੋਏ ਆ ਜਿਹੜੇ ਕਿ ਦੌੜ ਦੇ ਵਿੱਚ ਹਿੱਸਾ ਲੈ ਰਹੇ ਆ।